ਇਹ ਤਾਂ ਬਹੁਤ ਹੀ ਦੁਖਦਾਈ ਗੱਲ ਹੈ ਜੇ ਕੱਲ੍ਹ ਦੇ ਕਿਸਾਨ ਜਾਣ ਲੱਗੇ ਹੈ ਅਤੇ ਉਹਨਾਂ ਨੂੰ ਹਰਿਆਣੇ ਦੀ ਬਾਰਡਰ 'ਤੇ ਹੀ ਰੋਕ ਕੇ ਉਹਨਾਂ 'ਤੇ ਕਿਸੇ 'ਤੇ ਪਾਣੀ ਸੁੱਟਿਆ ਜਾ ਰਿਹਾ। ਹੁਣ ਮੈਨੂੰ ਪਤਾ ਕਿ ਅੱਜ ਗੈਸ ਵੀ ਯੂਜ਼ ਕਰਨਾ ਸ਼ੁਰੂ ਕਰ ਦਿੱਤਾ। ਔਰ ਇੰਨਾ ਦੁੱਖ ਹੋਇਆ ਕਿ ਪੁਰਮ ਢੰਗ ਨਾਲ ਉਹਨਾਂ ਨੇ ਕਿਹਾ ਵੀ ਪੁਰਮ ਢੰਗ ਨਾਲ ਅਸੀਂ ਜਾਵਾਂਗੇ। ਉਹਨਾਂ 2 ਮਹੀਨਿਆਂ ਤੋਂ ਤਕਰੀਬਨ ਉਹਨਾਂ ਦੀ ਐਜੀਟੇਸ਼ਨ ਚੱਲ ਰਹੀ। ਉਹਨੇ ਕਦੇ ਕੋਈ ਇੱਕ ਵੀ ਇਹ ਨਹੀਂ ਆਇਆ ਕਿ ਉੱਦਾਂ ਉਹਨਾਂ ਨੇ ਕੋਈ ਐਸੀ ਗੱਲ ਕੀਤੀ ਹੋਵੇ ਜਿਹਨੇ ਨਾਲ ਲਾ ਐਂਡ ਆਰਡਰ ਦੀ ਪੋਜੀਸ਼ਨ ਹੋਈ ਹੋਵੇ। ਸੋ ਇਸ ਤਰ੍ਹਾਂ ਜਿਹੜੇ ਪਹੁੰਚ ਗਏ ਸੀ ਦਿੱਲੀ, ਉਹਨਾਂ ਨੇ ਜਾਣਾ ਸੀਗਾ ਜੰਤਰ ਮੰਤਰ 'ਤੇ, ਉਹਨਾਂ ਨੂੰ ਵੀ ਰਸਤੇ 'ਚ ਪਰਮਿੰਦਰ ਸਿੰਘ ਹੋਣੀ ਨੇ, ਖਹਿਰਾ ਸਾਹਿਬ ਨੇ, ਹੋਰ ਵੀ ਉਹਨਾਂ ਨਾਲ ਨੇ ਕਈ ਸੱਜਣ, ਤੇਜਿੰਦਰਪਾਲ ਸਿੰਘ ਸੰਧੂ ਨੇ, ਤਲਵੰਡੀ ਸਾਹਿਬ, ਰਣਜੀਤ ਸਿੰਘ ਤਲਵੰਡੀ, ਇਹ ਸਾਰਿਆਂ ਨੂੰ ਉਹਨਾਂ ਨੇ ਅਰੈਸਟ ਕਰਕੇ ਪਤਾ ਨਹੀਂ ਕਿੱਥੇ ਲੈ ਕੇ, ਉਹ ਕਹਿੰਦੇ ਸਾਨੂੰ ਇਹ ਵੀ ਨਹੀਂ ਪਤਾ ਵੀ ਲਗਾਏ ਕਿੱਥੇ ਨੇ। ਇਹ ਮੰਦਭਾਗੀ ਹੈ, ਇਹ ਡੈਮੋਕ੍ਰੇਸੀ ਦੇ ਖਿਲਾਫ਼ ਹੈ ਕਿ ਜੋ ਵਿਧਾਨਕ ਹੱਕ ਮਿਲੇ ਹੋਏ ਨੇ ਉਹ ਵਿਧਾਨਕ ਹੱਕ ਯੂਜ਼ ਕਰਨ ਚੱਲੇ ਸੀ। ਉਹਨਾਂ ਨੇ ਕੋਈ ਕਿਸੇ ਕਿਸਮ ਦਾ ਕੋਈ ਗੜਬੜ ਨਹੀਂ ਕਰਨੀ ਸੀ, ਕੋਈ ਲਾ ਐਂਡ ਆਰਡਰ ਦੀ ਪੋਜੀਸ਼ਨ ਨਹੀਂ ਵਿਗਾੜਨੀ ਸੀ। ਉਹਨਾਂ ਪੁਰਮ ਢੰਗ ਨਾਲ 2 ਦਿਨ ਲਈ 26 ਅਤੇ 27 ਅੱਜ ਧਰਨਾ ਮਾਰਨਾ ਸੀ, ਕਿ ਕੱਲ੍ਹ ਮਾਰਨਾ ਸੀ, ਅਤੇ ਉਹਨਾਂ ਨੂੰ ਵਾਪਸ ਆ ਜਾਣਾ ਸੀ। ਇਸ ਕਰਕੇ ਬਹੁਤ ਦੁਖਦਾਈ, ਬਹੁਤ ਹੀ ਭੈੜੀ ਗੱਲ ਹੋ ਰਹੀ ਹੈ। ਮੈਂ ਸਮਝਦਾ ਸਰਕਾਰ ਨੂੰ ਅਜੇ ਵੀ ਉਹਨਾਂ ਨਾਲ ਗੱਲਬਾਤ ਕਰਕੇ ਕੋਈ ਨਾ ਕੋਈ ਇਹਦਾ ਰਸਤਾ ਲੱਭਣਾ ਚਾਹੀਦਾ ਔਰ ਉਹਨਾਂ ਨੂੰ ਸੈਟਿਸਫਾਈ ਕਰਨਾ ਚਾਹੀਦਾ। ਨਹੀਂ, ਪੰਜਾਬ ਦੇ ਬਹੁਤ ਮਾੜੇ ਹਾਲਾਤ, ਪੰਜਾਬ ਬਾਰਡਰ ਸਟੇਟ ਹੈ ਔਰ ਇਹਦੇ ਲਈ ਦੁੱਖ ਦਾ ਕਿਤੇ ਐਸੀ ਗੱਲ ਨਾ ਹੋਵੇ ਕਿ ਦੁਬਾਰਾ ਫਿਰ ਪੰਜਾਬ ਨੂੰ ਉਸੇ ਉੱਤੇ ਉਸੇ ਹਨੇਰੇ ਵਿੱਚ ਧੱਕ ਦਿੱਤਾ ਜਾਏ। ਦੂਸਰਾ ਇਹ ਹੈ ਕਿ ਕਿਸਾਨ ਸੈਟਿਸਫੈਕਸ਼ਨ ਮੰਗਦੇ ਆ, ਕਿਸਾਨ ਮੰਗਦੇ ਆ ਕਿ ਸਾਡੀ ਜਿਹੜੀ ਫਸਲ ਆ ਉਹਦਾ ਪੂਰਾ ਮੁੱਲ ਮਿਲੇ, ਉਹਦਾ ਕੋਈ ਨਜਾਇਜ਼ ਫਾਇਦਾ ਨਾ ਉਠਾਏ। ਇਹਦੇ 'ਚ ਕੋਈ ਮਾੜੀ ਗੱਲ ਵੀ ਨਹੀਂ, ਹਰੇਕ ਨੂੰ ਹੱਕ ਹੈ ਆਪਣੇ ਗੱਲ ਕਰਨ ਦਾ। ਅਤੇ ਉਹਨਾਂ ਨੇ ਫਿਰ ਖਾਸ ਕਰਕੇ ਉਹ ਕਿਸਾਨ ਜਿਨ੍ਹਾਂ ਨੇ ਉਦੋਂ ਵੀ ਅਨਾਜ ਦੇ ਭੰਡਾਰ ਭਰੇ ਜਦੋਂ ਦੇਸ਼ 'ਚ ਅਨਾਜ ਕਿਤੋਂ ਹੁੰਦਾ ਨਹੀਂ ਸੀਗਾ, ਗ੍ਰੀਨ ਰੈਵੋਲਿਊਸ਼ਨ ਲਿਆਂਦੀ, ਅੱਜ ਉਹਨਾਂ ਕਿਸਾਨਾਂ ਨੂੰ ਸੜਕਾਂ 'ਤੇ ਰੁਲਣਾ ਪੈ ਰਿਹਾ ਔਰ ਐਡੇ ਵੱਡੇ ਸੰਘਰਸ਼ 'ਚ ਆਪਦਾ ਹਿੱਸਾ ਪਾਉਣਾ ਰਿਹਾ। ਇਸ ਕਰਕੇ ਅੱਜ ਵੀ ਵਕਤ ਹੈ ਕਿ ਸਰਕਾਰ ਸੋਚੇ, ਸੈਂਟਰ ਦੀ ਸਰਕਾਰ ਸੋਚੇ ਔਰ ਹਰਿਆਣੇ ਦੀ ਸਰਕਾਰ ਨੂੰ ਚਾਹੀਦਾ ਕਿ ਉਹਨਾਂ ਨੂੰ ਜਾਣ ਦੇਵੇ। ਬਹੁਤ ਬਹੁਤ ਧੰਨਵਾਦ ਜੀ, ਮਿਹਰਬਾਨੀ।